ਜਿਵੇਂ ਆਪਾਂ ਈ ਤੇ 1 ਉਤੇ ਕਰ ਦਾਂਗੇ 40 ਹਾਊਸ ਪਾਵਰ ਦਾ ਚੱਲਦਾ ਐਨ ਤੇ ਕਰ ਲਾਂਗੇ 50 ਹਾਊਸ ਪਾਵਰ ਦਾ ਪੀ ਤੇ ਕਰ ਲਾਂਗੇ ਤਾਂ ਇਹ 60 ਹਾਊਸ ਪਾਵਰ ਦਾ ਬਣ ਜਾਂਦਾ ਟਰੈਕਟਰ ਜਿਵੇਂ ਇਹਦਾ ਚੁੱਲ੍ਹਾ ਹੈਵੀ ਆ ਗਿਆ ਬੰਪਰ ਦੀ ਲੋਡ ਬਹੁਤ ਘੱਟ ਪੈਂਦੀ ਹੈ ਜੀ ਹਾਂ ਬੰਪਰ ਦੀ ਲੋਡ ਬਹੁਤ ਘੱਟ ਪੈਂਦੀ ਹੈ ਕੋ ਟਰੈਕਟਰ ਦੀ ਲੰਬਾਈ ਚ ਹੋਣ ਕਾਰਨ ਹੀ ਇਹ ਖੜਾ ਵੀ ਨਹੀਂ ਹੁੰਦਾ ਜੀ ਕੋਈ 4x4 ਆ ਜੀ ਇਹ ਜੀ ਤੇ ਜਿਹੜੇ ਕਰਾਰੋ ਦੇ ਹਿੱਸੇ ਚ ਆ ਗਿਆ ਜੀ ਇਹ ਹਾਂ ਜੀ ਇੱਕ ਜੀ ਜਿਹੜਾ ਆਪਣੇ ਕਰਾਰੋ ਦਾ ਹਿੱਸਾ ਨਾ ਬਹੁਤ ਟਰੈਕਟਰਸ ਬਣਾਉਣ ਵਾਲੀਆਂ ਕੰਪਨੀਆਂ ਕਰਾਰੋ ਦਾ ਹਿੱਸਾ ਜਿਹੜਾ ਟਰੈਕਟਰ ਦੇ ਫਿੱਟ ਕਰਦੀਆਂ ਨੇ ਤਾਂ ਜਿਹੜਾ ਟਰੈਕਟਰ ਆ ਜਿਹੜਾ ਬੜਾ ਸ਼ਾਈਨ ਕਰਦਾ ਲਾਈਟਾਂ ਚ ਜਗਨ ਦੇ ਨਾਲ ਤੇ ਇੱਕ ਜਿਹੜੀਆਂ ਐਲਈਡੀ ਲਾਈਟਸ ਨਾਲ ਆ ਜਿਹੜਾ ਜਗਦੀਆਂ ਨੇ ਜਿਹੜੀਆਂ ਇਹ ਸੈਂਸਰ ਆ ਗਏ ਜੀ ਬਾਕੀ ਆਪਣੀ ਜਿਹੜੇ ਟੈਬਟਾਂ ਜੀ ਜੀ ਸਾਰੇ ਉਹਨਾਂ ਤੇ ਸੈਂਸਰ ਆ ਜੇ ਕੱਲੂ ਕੋਈ ਰੱਬ ਨਾ ਕਰੇ ਦਿੱਕਤ ਆਉਂਦੀ ਹੈ ਆਪਾਂ ਨੂੰ ਟਰੈਕਟਰ ਹੀ ਆਪਾਂ ਨੂੰ ਟਰੈਕਟਰ ਉੱਥੇ ਹੀ ਦੱਸ ਦੂਗਾ ਵੀ ਕਿਹੜੀ ਚੀਜ਼ 'ਚ ਦਿੱਕਤ ਆ ਜੀ ਆਪਾਂ ਉੱਥੋਂ ਮਸ਼ੀਨ ਲਾ ਕੇ ਚੈੱਕ ਕਰ ਲੈਣਾ ਜੀ ਉਹਦੇ ਨਾਲ ਆਪਾਂ ਨੂੰ ਪਤਾ ਲੱਗ ਸਕਦਾ ਜੀ ਵੀ ਆਪਾਂ ਨੂੰ ਉਹੀ ਪਾਰਟ ਚੇਂਜ ਕਰਨ ਦੀ ਲੋੜ ਆ ਜੀ ਵੀ ਬਿਲਕੁਲ ਕਾਰਾਂ ਆਓ ਵੀ ਚੋਬਰੋ ਠੀਕ ਠਾਕ ਹੋ ਅੱਜ ਤੁਹਾਨੂੰ ਦੱਸਦੇ ਹਾਂ ਸੋਨਾ ਲੀਕਾ ਟਾਈਗਰ DI-60 ਜਿਹੜਾ ਕਿ CRDI ਆ ਅਤੇ 4 ਲੀਵਰ ਦੇ ਵਿੱਚ ਇਹ ਆਉਂਦਾ 4x4 ਤੁਹਾਨੂੰ ਇਹਦੇ ਬਾਰੇ ਫੁੱਲ ਨੌਲੇਜ ਦੇਵਾਂਗੇ ਆਪਣੇ ਨਾਲ ਨੇ ਬਾਈ ਹਿੰਮਤ ਅਤੇ ਇੱਕ ਬਾਈ ਇਹ ਨੇ ਆਪਣੇ ਨਾਲ ਅਤੇ ਬਾਈ ਦਾ ਨਾਮ ਪੁੱਛਦੇ ਹਾਂਗੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਠੀਕ ਠਾਕ ਹੋ ਵਧੀਆ ਵਧੀਆ ਬਾਈ ਆਪਣੇ ਸੈੱਟ ਆ ਬਾਈ ਦਈਏ ਬਾਈ ਫਿਰ ਫੁੱਲ ਨੌਲੇਜ ਸੋਨਾ ਲੀਕਾ ਟਾਈਗਰ DI-60 ਜ਼ਰੂਰੀ ਜ਼ਰੂਰੀ ਠੀਕ ਹੈ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਕੀ ਨਾਮ ਆ ਬਾਈ ਤੁਹਾਡਾ ਸੰਦੀਪ ਸਿੰਘ ਬਾਈ ਸੰਦੀਪ ਸਿੰਘ ਹਾਂਜੀ ਉਹ ਜੀ ਬਾਈ ਦਾ ਨਾਮ ਹੈਗਾ ਸੰਦੀਪ ਸਿੰਘ ਅਤੇ ਇਹ ਬਾਈ ਦੋਨੇ ਬਾਈ ਆਪਾਂ ਨੂੰ ਨੌਲੇਜ ਦੇਣਗੇ ਸੋਨਾ ਲੀਕਾ ਟਾਈਗਰ ਬਾਰੇ ਬਾਈ ਕਹਿੰਦੇ ਦੋਨਾਂ ਨੇ ਰਲ ਕੇ ਕਹਿੰਦੇ ਫੁੱਲ ਨੌਲੇਜ ਦੇਣੀ ਆ ਤੀਜਾ ਹੋ ਗਿਆ ਮੈਂ ਠੀਕ ਹੈ ਸਾਰੀਆਂ ਗੱਲਾਂ ਡਿਸਕਸ ਕਰਾਂਗੇ ਆਪਾਂ ਤੁਹਾਡੀ ਕੋਈ ਘਾਟ ਨਹੀਂ ਛੱਡਦੇ ਬਲੌਗ ਬਾਈ ਜੀ ਥੋੜਾ ਜਿਹਾ ਵੱਡਾ ਹੋ ਸਕਦਾ ਹਨਾ ਬਾਈ ਜੀ ਹਾਂਜੀ ਥੋੜਾ ਜਿਹਾ ਵੱਡਾ ਜ਼ਰੂਰ ਹੋ ਜੂ ਪਰ ਨੌਲੇਜ ਫੁੱਲ ਦੇਵਾਂਗੇ ਫੁੱਲ ਨੌਲੇਜ ਦੇਵਾਂਗੇ ਹਾਂਜੀ ਹਾਂਜੀ ਸਾਰੀ ਜਾਣਕਾਰੀ ਦੇਵਾਂਗੇ ਆਪਾਂ ਪਿਛਲੀ ਵੀਡੀਓ 'ਚ ਵੀ ਦਿੱਤੀ ਗਈ ਹਾਂਜੀ ਹੁਣ ਵੀ ਬਹੁਤ ਜਾਣਕਾਰੀ ਦੇਵਾਂਗੇ ਹਾਂਜੀ ਹਾਂਜੀ ਤੇ ਲੋ ਵੀ ਫਿਰ ਹੁਣ ਕਰਦੇ ਆਪਾਂ ਸਟਾਰਟ ਲੋ ਵੀ ਚੁੱਬਰੋ ਆਪਣੇ ਸਾਹਮਣੇ ਖੜਾ ਸੋਨਾ ਲੀਕਾ ਟਾਈਗਰ DI-60 ਸਭ ਤੋਂ ਪਹਿਲਾਂ ਇਹਦਾ ਆਪਾਂ ਕਲਰ ਦੇਖੀਏ ਕਲਰ ਆ ਜਿਹੜਾ ਇਹਦਾ ਬਲੂ ਕਲਰ ਆ ਸ਼ਾਈਨਿੰਗ ਦੇ ਵਿੱਚ ਜਿਵੇਂ ਬਲੂ ਕਲਰ ਆਉਂਦਾ ਹੁੰਦਾ ਹਨਾ ਤੇ 2K ਜਿਹੜਾ ਮੈਟੈਲਿਕ ਪੇਂਟ ਜਿਹੜਾ ਕਾਰਾਂ ਵਾਲਾ ਪੇਂਟ ਕਹਿ ਦਿੰਦੇ ਆ ਬਾਈ ਜੀ ਇਹਨੂੰ ਆਪਾਂ ਹਨਾ ਜਿਹੜਾ ਆਪਾਂ ਕਾਰਾਂ ਨੂੰ ਪੇਂਟ ਕਹਿੰਦੇ ਜੀ ਉਹ ਪੇਂਟ ਆਉਂਦਾ ਜੀ ਇਹ ਜਮਾ ਉਹੀ ਹੈ ਹਾਂਜੀ ਠੀਕ ਹੈ ਜੀ ਸ਼ਾਈਨ ਵੀ ਦੇਖੋਗੇ ਤੁਸੀਂ ਇਹਦੀ ਬਹੁਤ ਵਧੀਆ ਜੀ ਹਾਂਜੀ ਠੀਕ ਆ ਤੇ ਇਹਦੇ ਕਰੋਮ ਫਿਨਿਸ਼ਿੰਗ ਆ ਗਈ ਤੇ ਸੋਨਾ ਲੀਕਾ ਲਿਖਿਆ ਹੋਇਆ ਕਰੋਮ ਫਿਨਿਸ਼ਿੰਗ ਦੇ ਵਿੱਚ ਤੇ ਜਿਹੜੇ ਇਹਦੇ ਸੋਨਾ ਲੀਕਾ ਦੇ ਅੱਖਰ ਨੇ ਤੇ ਵਿੱਚ ਇਹਦੇ ਬਲੈਕ ਫਿਨਿਸ਼ਿੰਗ ਦੇਤੀ ਆ ਤੇ ਆਪਾਂ ਇਧਰੋਂ ਦੇਖੀਏ ਤਾਂ ਜਿਹੜੇ ਆ ਅੱਖਰ ਲਿਖੇ ਹੁੰਦੇ ਨੇ ਕਈ ਵਾਰ ਆਪਾਂ ਨੂੰ ਇਹਨਾਂ ਦਾ ਨਹੀਂ ਪਤਾ ਹੁੰਦਾ ਇਹ ਚੰਗੀ ਤਰ੍ਹਾਂ ਆਪਾਂ ਧਿਆਨ ਨਾਲ ਦੇਖ ਲਈਏ 4D ਏਅਰ ਕੂਲਿੰਗ ਮਤਲਬ ਜਿਹੜਾ ਇਹਦੇ ਏਅਰ ਕੂਲਰ ਲੱਗਿਆ ਹੋਇਆ ਵਧੀਆ ਕੁਆਲਿਟੀ ਦਾ 4D ਇਹਦਾ ਨਾਮ ਦੇਤਾ ਜਿਹੜਾ ਇੰਜਨ ਨੂੰ ਜ਼ਿਆਦਾ ਠੰਡਾ ਰੱਖਦਾ ਅਤੇ ਇਹਦਾ ਪਾਵਰ ਸਟੇਅਰਿੰਗ ਠੀਕ ਹੈ ਜੀ ਇਹ ਆ ਗਿਆ ਪਾਵਰ ਸਟੇਅਰਿੰਗ ਵਾਲੇ ਜਿਹੜੇ ਆਪਣੇ ਸਿਲੰਡਰ ਲੱਗਿਆ ਹੋਇਆ ਹੈਗਾ ਇਧਰਲੀ ਸਾਈਡ ਅਤੇ CRDI ਇਹ ਇੰਜਨ ਟਰਮ 1 CRDI ਇੰਜਨ ਆ ਜਿਹੜਾ ਇੱਕ ਚੰਗੀ ਕੁਆਲਿਟੀ ਦਾ ਜਿਹੜਾ CRDI ਇੰਜਨ ਆ ਇਹਦੇ ਵਿੱਚ ਫਿੱਟ ਕੀਤਾ ਗਿਆ ਬਾਈ ਜੀ ਟਰਮ 1 ਦਾ ਇੰਜਨ ਆ ਜੀ ਕਾਮਨ ਰੇਲੇ ਡਾਇਰੈਕਟ ਇੰਜੈਕਸ਼ਨ ਹਾਂਜੀ ਜੀ ਇਹ ਆਪਾਂ ਇਹਨੂੰ CRDI ਕਹਿ ਦਿੰਦੇ ਹਾਂ ਜੀ ਇਹਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਣਗੇ ਸੈਂਸਰ ਜੀ ਇਸ ਤੋਂ ਬਾਅਦ ਜੇ ਆਪਾਂ ਇਹਦੇ ਨਾਲ ਦੇਖੀਏ ਨਾ ਜਿਹੜੀ ਇਹਦੀ ਆਹੀ ਲੋਹੇ ਦੀ ਵੀ ਜਾਲੀ ਲੱਗੀ ਹੋਈ ਹੈਗੀ ਕਿਉਂਕਿ ਜਿਹੜੇ ਵੱਧ ਪਾਵਰ ਵਾਲੇ ਟਰੈਕਟਰ ਹੁੰਦੇ ਨੇ ਜਿਵੇਂ 60 ਪਾਵਰ ਦਾ ਟਰੈਕਟਰ ਆ ਅਤੇ ਇਹ ਜਿਵੇਂ ਨਾ ਹੀਟ ਜ਼ਿਆਦਾ ਬਣਦੀ ਹੁੰਦੀ ਹੈਗੀ ਇੰਜਨ ਦੀ ਅਤੇ ਇਸ ਕਰਕੇ ਜਿਹੜੀ ਇਹ ਜਾਲੀ ਦਾ ਕਰਕੇ ਨਾ ਜਿਹੜੀ ਹੀਟ ਹੈ ਬਾਹਰ ਨਿਕਲਦੀ ਰਹਿੰਦੀ ਹੈ ਅਤੇ ਇੱਕ ਇਹਦੀ ਜਿਹੜੀ ਬਾਡੀ ਹੈਗੀ ਨਾ ਇਹ ਲੋਹੇ ਦੀ ਆ ਸਾਰੀ ਲੋਹੇ ਦੀ ਹੈਗੀ ਇਹ ਇੱਕ ਇਹਦੇ ਮੂਹਰੇ ਦੇਤੀ ਠੀਕ ਹੈ ਜੀ ਜਿਹੜੀ ਅੰਦਰੋਂ ਆ ਜਿਹੜੀ ਹੀਟ ਆ ਬਾਹਰ ਨਿਕਲਦੀ ਰਹੇ ਅਤੇ ਆਪਾਂ ਸਾਹਮਣੇ ਤੋਂ ਦੇਖੀਏ ਜਿਹੜਾ ਬੜਾ ਹੀ ਵਧੀਆ ਬੜਾ ਹੀ ਸੋਹਣਾ ਟਰੈਕਟਰ ਆ ਜਿਹੜਾ ਲੱਗ ਰਿਹਾ ਅਤੇ ਇਹਦਾ ਬ੍ਰੈਂਡਿੰਗ ਨੇਮ ਆ ਗਿਆ ਸੋਨਾ ਲੀਕਾ ਲਿਖਿਆ ਹੋਇਆ ਜਿਹੜਾ ਕਰੋਮ ਫਿਨਿਸ਼ਿੰਗ ਦੇ ਵਿੱਚ ਅਤੇ ਇੱਧਰ ਟਾਈਗਰ ਠੀਕ ਹੈ ਟਾਈਗਰ ਸ਼ੇਰ ਦਾ ਮੂੰਹ ਲੱਗਿਆ ਹੋਇਆ ਅਤੇ ਆ ਸਾਰੀ ਕਰੋਮ ਲੱਗੀ ਹੋਈ ਆ ਲਾਈਟਾਂ ਦੇ ਅਤੇ ਜਿਹੜੀ ਇਹ ਲਾਈਟਾਂ ਫਰੰਟ ਜਿਹੜੀਆਂ ਉੱਪਰ ਵਾਲੀਆਂ ਲਾਈਟਾਂ ਆ ਗਈਆਂ ਇਹ ਵੱਡੀਆਂ ਆ ਗਈਆਂ ਅਤੇ ਨੀਚੇ ਵਾਲੀਆਂ ਛੋਟੀਆਂ ਆਪਾਂ ਜਿਹੜਾ ਜੇ ਆਪਾਂ ਨੂੰ ਜ਼ਿਆਦਾ ਲੋੜ ਆ ਤਾਂ ਆਪਾਂ ਵੱਡੀਆਂ ਜਗਾ ਸਕਦੇ ਹਾਂ ਜੇ ਜ਼ਿਆਦਾ ਨਹੀਂ ਲੋੜ ਹੈਗੀ ਤਾਂ ਆਪਾਂ ਛੋਟੀਆਂ ਜਿਹੜੀਆਂ ਜਗਾ ਸਕਦੇ ਹਾਂ ਅਤੇ ਇੱਕ ਜਿਹੜਾ ਇਹਦਾ ਚੁੱਲ੍ਹਾ ਹੈਗਾ ਨਾ ਇਹ ਚੁੱਲ੍ਹਾ ਹੀ ਬੜਾ ਹੈਵੀ ਆ ਗਿਆ ਅਤੇ ਇਹਨੂੰ ਜਿਹੜਾ ਬੰਪਰ ਦੀ ਲੋੜ ਬਹੁਤ ਘੱਟ ਪੈਂਦੀ ਹੈਗੀ ਹਨਾ ਬਾਈ ਜਿਵੇਂ ਇਹਦਾ ਚੁੱਲ੍ਹਾ ਹੈਵੀ ਆ ਗਿਆ ਬੰਪਰ ਦੀ ਲੋੜ ਬਹੁਤ ਘੱਟ ਪੈਂਦੀ ਹੈ ਜੀ ਹਾਂਜੀ ਬੰਪਰ ਦੀ ਲੋੜ ਬਹੁਤ ਘੱਟ ਪੈਂਦੀ ਹੈ ਕੋ ਟਰੈਕਟਰ ਦੀ ਲੰਬਾਈ 'ਚ ਹੋਣ ਕਾਰਨ ਹੀ ਖੜਾ ਵੀ ਨਹੀਂ ਹੁੰਦਾ ਜੀ ਕੋਈ 4x4 ਆ ਜੀ ਇਹ ਜੀ ਉਹਦਾ ਕਰਕੇ ਕੋਈ ਟਰੈਕਟਰ ਖੜਾ ਨਹੀਂ ਹੁੰਦਾ ਜੀ ਕੋਈ ਸਾਰੀ ਟਰੈਕਟਰ ਆਪਣੇ ਲੰਬਾਈ 'ਚ ਆ ਜੀ ਜੀ ਉਹਦਾ ਕਰਕੇ ਇਹਨੂੰ ਮੂਹਰੇ ਹੈਵੀ ਵੇਟ ਦੀ ਵੀ ਇੰਨੀ ਲੋੜ ਹੈ ਨਹੀਂ ਜੀ ਜੀ ਹਾਂਜੀ ਜੀ ਅਤੇ ਇੱਧਰ ਆਪਾਂ ਅੱਗੇ ਵਾਲੇ ਜਿਹੜੇ ਟਾਇਰ ਦੇਖੀਏ ਨਾ ਟਾਇਰਾਂ ਦਾ ਜਿਹੜਾ ਸਾਈਜ਼ ਆਪਾਂ ਦੇਖੀਏ 9x5x24 ਜਿਹੜਾ ਅੱਗੇ ਵਾਲੇ ਟਾਇਰਾਂ ਦਾ ਸਾਈਜ਼ ਆ ਅਤੇ ਜਿਹੜੇ ਕਰਾਰੋ ਦੇ ਹਿੱਸੇ 'ਚ ਆ ਗਿਆ ਜੀ ਹਾਂਜੀ ਇੱਕ ਜੀ ਜਿਹੜਾ ਆਪਣੇ ਕਰਾਰੋ ਦਾ ਹਿੱਸਾ ਨਾ ਬਹੁਤ ਟਰੈਕਟਰਸ ਬਣਾਉਣ ਵਾਲੀਆਂ ਕੰਪਨੀਆਂ ਕਰਾਰੋ ਦਾ ਹਿੱਸਾ ਜਿਹੜਾ ਟਰੈਕਟਰ ਦੇ ਫਿੱਟ ਕਰਦੀਆਂ ਨੇ ਅਤੇ ਜਿਹਦਾ ਕਰਕੇ ਟਰੈਕਟਰ ਜਿਹੜਾ ਜ਼ਿਆਦਾ ਆਪਣਾ ਮਜ਼ਬੂਤ ਬਣ ਜਾਂਦਾ ਹੈਗਾ ਕਿ ਹਿੱਸੇ ਇਹ ਬਹੁਤ ਕਾਮਯਾਬ ਨੇ ਅਤੇ ਹੁਣ ਆਪਾਂ ਜੀ ਇੱਧਰਲੀ ਸਾਈਡ ਆ ਜਾਈਏ ਅਤੇ ਇੱਧਰਲੀ ਸਾਈਡ ਸਿੰਪਲ ਉਹੀ ਠੀਕ ਹੈ ਜੀ ਸੋਨਾ ਲੀਕਾ ਟਾਈਗਰ DI-60 ਲਿਖਿਆ ਹੋਇਆ ਹੈਗਾ
ਇਹ ਨਾ ਵੀਰ ਕਹਿੰਦੇ ਨਾ ਆਪਾਂ ਕੋਈ ਹੋਰ ਗੱਲਾਂ ਦੱਸਣ ਤੋਂ ਪਹਿਲਾਂ ਪਹਿਲੇ ਲਾਈਟਾਂ ਦਿਖਾ ਜਗਾ ਕੇ ਦਿਖਾਈਏ ਤੇ ਜਿਹੜੀਆਂ ਇਹਦੀਆਂ ਲਾਈਟਸ ਨੇ ਨਾ ਬਿਲਕੁਲ ਕਾਰਾਂ ਵਾਲੀ ਜਿਹੜਾ ਇਹਦੇ ਲੱਗਿਆ ਹੋਇਆ ਜੀ ਸਿਸਟਮ ਹਨਾ ਹਾਂਜੀ ਇਹਦੇ ਪੂਰਾ ਕਾਰਾਂ ਵਾਲਾ ਸਿਸਟਮ ਹੈ ਜਿਵੇਂ ਕਾਰਾਂ ਵਾਲੀ ਫੀਲ ਆਈ ਪੂਰੀ ਆਪਣੀ ਲਗਜ਼ਰੀ ਟਰੈਕਟਰ ਆਈ ਪੂਰਾ ਐਂ ਕਰਕੇ ਦੀਆਂ ਆਪਣੀਆਂ ਲਾਈਟਾਂ ਜਗ ਪਈਆਂ ਆ ਲਾਈਟਾਂ ਜਗ ਪਈਆਂ ਜੀ ਹਨਾ ਤੇ ਅੱਗੇ ਵਾਲੀਆਂ ਮੈਂ ਦਿਖਾਉਣਾ ਤੁਹਾਨੂੰ ਅੱਗੇ ਜਾ ਕੇ ਲੋ ਬਾਈ ਜੀ ਅੱਗੇ ਵਾਲੀਆਂ ਜਗਾ ਦਿਓ ਜੀ ਆਹ ਦੇਖੋ ਆ ਜਿਵੇਂ ਵੱਡੀਆਂ ਲਾਈਟਾਂ ਜਗ ਪਈਆਂ ਹਨਾ ਨੀਚੇ ਵਾਲੀਆਂ ਜਗਾਇਓ ਜੀ ਛੋਟੀਆਂ ਠੀਕ ਹੈ ਜੀ ਇਸ ਤਰ੍ਹਾਂ ਜਿਹੜਾ ਟਰੈਕਟਰ ਆ ਜਿਹੜਾ ਬੜਾ ਸ਼ਾਈਨ ਕਰਦਾ ਲਾਈਟਾਂ ਜਗਨ ਦੇ ਨਾਲ ਅਤੇ ਇੱਕ ਜਿਹੜੀਆਂ ਐੱਲ ਈ ਡੀ ਲਾਈਟਸ ਨਾਲ ਆ ਜਿਹੜਾ ਜਗਦੀਆਂ ਨੇ ਜਿਹੜੀਆਂ ਕਿ ਬਹੁਤ ਸੋਹਣੀਆਂ ਲੱਗਦੀਆਂ ਮੈਂ ਤੁਹਾਨੂੰ ਇੱਧਰਲੀ ਐਵੇਂ ਦਿਖਾਵਾਂ ਤਾਂ ਇਹ ਦੇਖੋ ਨਾ ਕਿੰਨਾ ਸੋਹਣਾ ਲੱਗ ਰਿਹਾ ਜਿਹੜਾ ਲਾਈਟਾਂ ਜਗਾ ਕੇ ਟਰੈਕਟਰ ਅਤੇ ਇਸ ਤਰ੍ਹਾਂ ਆਪਾਂ ਇੱਧਰ ਦੇਖੀਏ ਇੱਧਰ ਗੱਲ ਕਰੀਏ ਇੱਧਰ ਸਿੰਪਲ ਉਮੀਦ ਕਰੋ ਆਪਰੇਸ਼ਨ ਦੇ ਵਿੱਚ ਜਿਹੜਾ ਸੋਨਾ ਲੀਕਾ ਲਿਖਾਇਆ ਗਿਆ ਟਾਈਗਰ DI-60 ਠੀਕ ਹੈ ਜੀ ਇੱਧਰ ਬ੍ਰੇਕਸ ਪੈਡਲ ਵਾਲੇ ਪਾਸੇ ਆਪਾਂ ਦੇਖੀ ਜਾਂਦੇ ਹਾਂ ਅਤੇ HDM ਹੈਵੀ ਡਿਊਟੀ ਮਾਈਲੇਜ ਮਤਲਬ ਜਿਹੜੇ ਇਹਦੇ ਡੀਜ਼ਲ ਦੀ ਖਪਤ ਫਿਊਲ ਕੰਜਪਸ਼ਨ ਆ ਜਿਹੜੀ ਇਹਦੀ ਬੜੀ ਘੱਟ ਆ ਇਹ ਜਿਹੜਾ ਟਰੈਕਟਰ ਆ ਨਾ ਜਿਹੜਾ 4x4 ਹੋਣ ਦੇ ਬਾਵਜੂਦ ਵੀ ਜਿਹੜੀ ਇਹਦੀ ਫਿਊਲ ਕੰਜਪਸ਼ਨ ਆ ਜਿਹੜੀ ਇਹਦੀ ਬੜੀ ਨੋਰਮਲ ਆ ਗਈ ਹੈ ਨਾ ਬਾਈ ਜੀ ਹਾਂਜੀ ਇਹ ਆਇਲ ਇਮਰਜਡ ਬ੍ਰੇਕਸ ਮਤਲਬ ਤੇਲ ਦੇ ਵਿੱਚ ਡੁੱਬੀਆਂ ਹੋਈਆਂ ਬ੍ਰੇਕਾਂ ਪਾਵਰ ਬ੍ਰੇਕ ਟਰੈਕਟਰ ਆ ਗਿਆ ਇਹ ਮਲਟੀ ਸਪੀਡ ਸ਼ਟਲ ਟੈਕ ਮਤਲਬ ਮਲਟੀ ਸਪੀਡ ਸ਼ਟਲ ਟੈਕ ਦਾ ਮਤਲਬ ਆਪਾਂ ਕਹਿ ਦਈਏ ਤਾਂ ਜਿਹੜੇ ਸ਼ਟਲ ਗੇਅਰ ਲੱਗਿਆ ਹੋਇਆ ਮਤਲਬ ਟਰੈਕਟਰ ਆਪਣਾ ਬਾਈ ਜੀ ਕਿਹੜੇ ਮਰਜ਼ੀ ਗੇਅਰ 'ਚ ਖੜਾ ਹੋਵੇ ਹੈ ਨਾ ਅਤੇ ਉਹ ਆਪਾਂ ਸ਼ਟਲ ਗੇਅਰ ਬੈਕ ਜਾਊਗਾ ਜੀ ਜਦੋਂ ਆਪਾਂ ਸ਼ਟਲ ਗੇਅਰ ਲਾਤਾ ਜੀ ਉਹਨੂੰ ਆਪਾਂ ਚੇਂਜਰ ਦਾ ਨਾਮ ਦੇ ਦਿੰਦੇ ਹਾਂ ਜੀ ਸ਼ਟਲ ਗੇਅਰ ਨੂੰ ਜੀ ਅਤੇ ਉਨੀ ਗੇਅਰ 'ਚ ਬੈਕ ਆਊਗਾ ਉਨੀ ਗੇਅਰ 'ਚ ਫਰੰਟ ਦੀ ਸਪੀਡ ਹੋਊਗੀ ਫਰੰਟ ਦੀ ਸਪੀਡ ਹਾਂਜੀ ਮੈਂ ਤੁਹਾਨੂੰ ਉੱਪਰ ਜਾ ਕੇ ਦਿਖਾਊਂਗਾ ਅਤੇ ਜਿਹੜਾ ਸ਼ਟਲ ਗੇਅਰ ਆ ਜਿਹੜਾ ਲੱਗਿਆ ਹੋਇਆ ਇੱਧਰ ਇੱਕ ਨਾ IPTO ਲਿਖਿਆ ਹੋਇਆ IPTO ਦਾ ਮਤਲਬ ਇਹ ਆ ਗਿਆ ਵੀ ਆਪਾਂ ਨੂੰ ਨਾ ਮਸ਼ੀਨ ਹੈ ਜਿਹੜੀ ਆਪਾਂ ਤੂੜੀ ਵਾਲੀ ਮਸ਼ੀਨ ਦੇ ਉੱਤੇ ਜਦੋਂ ਆਪਣਾ ਟਰੈਕਟਰ ਆ ਜਿਹੜਾ ਚੱਲਦਾ ਹੁੰਦਾ ਖੜ੍ਹਾ ਹੀ ਟਰੈਕਟਰ ਆ ਜਿਹੜੀ ਮਸ਼ੀਨ ਦਾ ਜਿਹੜਾ ਕਟਰ ਨਾ ਬੈਕ ਘੁਮਾ ਦਿੰਦਾ ਮਤਲਬ ਜਿਹੜੀ PTO ਦੀ ਉਲਟ ਦਿਸ਼ਾ ਦੇ ਵਿੱਚ ਆ ਜਿਹੜੀ PTO ਆਪਾਂ ਘੁਮਾ ਸਕਦੇ ਹਾਂ ਬਾਈ ਜੀ ਹੈ ਨਾ ਇਹਦਾ ਮਤਲਬ ਆ ਗਿਆ ਜੀ IPTO 2200 kg ਲਿਫਟ ਕਪੈਸਿਟੀ 2200 kg ਭਾਰ ਆ ਜਿਹੜਾ ਲਿਫਟ ਇਹਦੀ ਚੱਕ ਲੈਂਦੀ ਹੈਗੀ ਆ ਪਿੱਛੇ ਆਪਾਂ ਜਾਵਾਂਗੇ ਬਾਕੀ ਗੱਲਾਂ ਬਾਤਾਂ ਆਪਾਂ ਪਿੱਛੇ ਜਾ ਕੇ ਕਰਦੇ ਹਾਂ ਬਾਕੀ ਜਿਹੜੀ ਇੱਕ ਆਹ ਆ ਗਈ ਨਾ ਇਹਦੇ ਜਿਹੜੇ ਮੜਗਾੜ ਆ ਗਏ ਅੱਗੇ ਵਾਲੇ ਪਲਾਸਟਿਕ ਦੇ ਦਿੱਤੇ ਹੋਏ ਨੇ ਅਤੇ ਇਹ ਇਸ ਤਰ੍ਹਾਂ ਐਡਜਸਟ ਹੋ ਜਾਂਦੇ ਨੇ ਜਿਵੇਂ ਆਪਣਾ ਟਰੈਕਟਰ ਰੱਬ ਨਾ ਕਰੇ ਆਪਾਂ ਤੋਂ ਕਿਸੇ ਕੰਧ ਦੇ ਵਿੱਚ ਲੱਗਦਾ ਜਾਂ ਕਿਸੇ ਰੁੱਖ ਦੇ ਨਾਲ ਦਰਖਤ ਨਾਲ ਲੱਗ ਜਾਂਦਾ ਇਸ ਤਰ੍ਹਾਂ ਇਹ ਐਡਜਸਟ ਕੀਤੇ ਹੋਏ ਨੇ ਇਸ ਤਰ੍ਹਾਂ ਇਹ ਗੱਲਬਾਤ ਹੈ ਜੀ ਇਹਨਾਂ ਦੀ ਜੀ ਇਸ ਤਰ੍ਹਾਂ ਹੋ ਜਾਂਦੇ ਨੇ ਅਤੇ ਇੱਕ ਜਿਹੜਾ ਪਾਵਰ ਸਟੇਅਰਿੰਗ ਵਾਲਾ ਸਿਲੰਡਰ ਇੱਧਰ ਵੀ ਦਿੱਤਾ ਹੋਇਆ ਠੀਕ ਹੈ ਰਾਈਟ ਲੈਫਟ ਦੋਨੇ ਸਾਈਡ ਦਿੱਤਾ ਹੋਇਆ ਬੈਟਰੀ ਬਾਕਸ ਇਹਦੀ ਡਿਜ਼ਾਇਨਿੰਗ ਆ ਜਿਹੜੀ ਬੜੀ ਘੈਂਟ ਦਿੱਤੀ ਹੋਈ ਆ ਕੰਪਨੀ ਨੇ ਅਤੇ ਆਪਾਂ ਇਹਦੇ ਸਲੈਂਸਰ ਦੀ ਗੱਲ ਕਰੀਏ ਬਾਈ ਜਿਹੜਾ ਸਲੈਂਸਰ ਆ ਇਹਦੇ ਇੱਕ ਜਾਲੀ ਵਾਲਾ ਸਲੈਂਸਰ ਆ ਗਿਆ ਜੀ ਹੈ ਨਾ ਜਾਲੀ ਵਾਲਾ ਸਲੈਂਸਰ ਆ ਜੀ ਪੂਰੀ ਵਧੀਆ ਹੈਵੀ ਕੁਆਲਿਟੀ 'ਚ ਆ ਜੀ ਜਿਵੇਂ ਤੁਸੀਂ ਦੇਖੋਗੇ ਜਾਲੀ ਉਹ ਨਹੀਂ ਕਰਦੀ ਜੀ ਕਿਸੇ ਤਰੀਕੇ ਨਾਲ ਹੈਲਦੀ ਨਹੀਂ ਜੀ ਜੀ ਨਹੀਂ ਬਾਕੀ ਟਰੈਕਟਰਾਂ ਜਿਵੇਂ ਆਪਾਂ ਦੇਖਾਂਗੇ ਜਾਲੀ ਹਿੱਲਣ ਲੱਗ ਜਾਂਦੀ ਹੈ ਟਾਈਮ ਪੈ ਕੇ ਜੀ ਜੀ ਇਹ ਜੀ ਕੰਪਨੀ ਨੇ ਸੁਧਾਰ ਕੀਤਾ ਬਾਈ ਇਹਦੀ ਜਾਲੀ ਜਮਾਂ ਨਹੀਂ ਹਿੱਲੂ ਜੀ ਜੀ ਮਤਲਬ ਬਾਈ ਇਹਦਾ ਜਿਹੜਾ ਸਲੈਂਸਰ ਆ ਇਹਦਾ ਸਾਈਲੈਂਟ ਆ ਗਿਆ ਜੀ ਸਾਈਲੈਂਟ ਸਲੈਂਸਰ ਆਈ ਸਲੈਂਸਰ ਦੀ ਜਿਹੜੀ ਕੁਆਲਿਟੀ ਜਿਹੜੀ ਗੁੱਡ ਕੁਆਲਿਟੀ ਆ ਅਤੇ ਇੱਕ ਬਾਈ ਇਹਦੀ ਜਿਹੜੇ ਆਪਾਂ ਇੰਜਨ ਦੀ ਗੱਲ ਕਰੀਏ ਹੈ ਨਾ ਅਤੇ ਜਿਹੜੀ ਆਪਾਂ CRD ਸਿਸਟਮ ਦੀ ਗੱਲ ਕਰਦੇ ਸੀਗੇ ਅਤੇ ਉੱਥੇ ਆਪਾਂ ਪਹੁੰਚਾਂਗੇ ਇੱਕ ਵਾਰ ਜਿਹੜਾ ਆਪਾਂ ਇੱਧਰੋਂ ਸਟਾਰਟ ਕਰੀਏ ਨਾ ਠੀਕ ਹੈ ਅਤੇ ਇਹਦਾ ਡਰਾਈ ਏਅਰ ਕਲੀਨਰ ਆ ਗਿਆ ਜੀ ਹਾਂਜੀ ਸੁੱਕਾ ਏਅਰ ਕਲੀਨਰ ਆ ਗਿਆ ਅਤੇ ਜਿਹਦਾ ਕਰਕੇ ਜਿਹੜਾ ਇੰਜਨ ਦੀ ਲਾਈਫ ਆ ਪੰਜ ਕੁ ਸਾਲ ਤੋਂ ਵੱਧ ਹੀ ਗਈ ਵੱਧ ਜਾਂਦੀ ਹੈ ਹਾਂਜੀ ਅਤੇ ਇੱਕ ਜਿਹੜਾ ਓਇਲ ਵਾਲਾ ਏਅਰ ਕਲੀਨਰ ਆ ਗਿਆ ਉਹਦੇ ਮੁਕਾਬਲੇ 5 ਸਾਲ ਜਿਹੜੀ ਲਾਈਫ ਵੱਧ ਗਈ ਅਤੇ ਆਪਣੇ ਫਰੰਟ ਦੇ ਜਮਾਂ ਸਟਾਰਟਿੰਗ ਦੇ ਉੱਤੇ ਹੌਰਨ ਦਿੱਤਾ ਆਪਾਂ ਨੂੰ ਕੰਪਨੀ ਨੇ ਅਤੇ ਆਪਾਂ ਇੱਧਰਲੇ ਪਾਸੇ ਦੇਖੀਏ ਅਤੇ ਇਹਦਾ ਜਿਹੜਾ ਸੈਂਸਰ ਸਿਸਟਮ ਆ ਤੁਹਾਨੂੰ ਮੈਂ ਦਿਖਾਵਾਂ ਜਿਹੜਾ CRD ਦੇ ਸੈਂਸਰ ਸਿਸਟਮ ਆਈ ਉਹਦੇ ਜਿਵੇਂ ਤੁਸੀਂ ਇੱਥੇ ਦੇਖ ਸਕਦੇ ਹੋ ਹਾਂਜੀ ਇਹ ਓਇਲ ਵਾਲਾ ਗਾ ਇੱਥੇ ਵੀ ਸੈਂਸਰ ਆਪਣੇ ਲੱਗਿਆ ਦਿਖ ਜੂਗਾ ਜੀ ਤੁਹਾਨੂੰ ਇੱਥੇ ਵੀ ਆ ਗਿਆ ਹਾਂਜੀ ਠੀਕ ਹੈ ਇਹ ਸੈਂਸਰ ਆ ਗਿਆ ਜੀ ਬਾਕੀ ਆਪਣੀ ਜਿਹੜੀਆਂ ਟੈਬਲੇਟਾਂ ਜੀ ਜੀ ਸਾਰੇ ਉਹਨਾਂ 'ਤੇ ਸੈਂਸਰ ਆ ਜੇ ਕੱਲ੍ਹ ਨੂੰ ਕੋਈ ਰੱਬ ਨਾ ਕਰੇ ਦਿੱਕਤ ਆਉਂਦੀ ਹੈ ਜੀ ਆਪਾਂ ਨੂੰ ਟਰੈਕਟਰ ਹੀ ਆਪਾਂ ਨੂੰ ਟਰੈਕਟਰ ਉੱਥੇ ਹੀ ਦੱਸ ਦੂਗਾ ਵੀ ਕਿਹੜੀ ਚੀਜ਼ 'ਚ ਦਿੱਕਤ ਆਈ ਆਪਾਂ ਉੱਥੋਂ ਮਸ਼ੀਨ ਲਾ ਕੇ ਚੈੱਕ ਕਰ ਲੈਣਾ ਜੀ ਉਹਦੇ ਨਾਲ ਆਪਾਂ ਨੂੰ ਪਤਾ ਲੱਗ ਸਕਦਾ ਜੀ ਵੀ ਆਪਾਂ ਨੂੰ ਉਹੀ ਪਾਰਟ ਚੇਂਜ ਕਰਨ ਦੀ ਲੋੜ ਆ ਜੀ ਵੀ ਬਿਲਕੁਲ ਕਾਰਾਂ ਵਾਲਾ ਸਿਸਟਮ ਹਾਂਜੀ ਬਾਕੀ ਇਹਦੇ ਵੀਰੇ ਲੋੜ ਤਾਂ ਪੈਂਦੀ ਨਹੀਂ ਜੀ ਜੀ ਛੇਤੀ ਛੇਤੀ ਚੇਂਜ ਕਰਨੀ ਆਪਣੇ ਪੀਸ ਦਿੱਤੇ ਪਏ ਜੀ 4-5 ਠੀਕ ਹੈ ਅਤੇ ਕੋਈ ਦਿੱਕਤ ਨਹੀਂ ਹੈ ਜੀ ਜੀ ਇਹਦੀ ਜਿਹੜੀ ਆਪਾਂ ਬਾਈ ਇੰਜਨ ਦੀ ਟੈਕਨੋਲੋਜੀ ਦੀ ਗੱਲ ਕਰੀਏ ਅਤੇ ਜਿਹੜਾ ਇਹਦਾ ਪੰਪ ਆ ਗਿਆ ਜੀ ਇਹ ਅਲੱਗ ਪੰਪ ਆ ਗਿਆ ਇੱਕ CRDS ਵਾਲਾ ਪੰਪ ਹਾਂਜੀ ਇਹ CRDS ਵਾਲਾ ਪੰਪ ਆ ਜੀ ਇਹ ਮੋਟਰ ਵਾਲਾ ਪੰਪ ਆ ਜੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ CRDS ਦਾ ਪੰਪ ਆ ਇਹ ਮੋਟਰ ਇਹ ਮੋਟਰ ਵਾਲਾ ਪੰਪ ਆ ਜੀ ਇਹਦੇ ਨਾਲ ਮੋਟਰ ਨਾਲ ਸਪਲਾਈ ਇੰਜਨ ਨੂੰ ਜਾਂਦੀ ਹੈ ਜੀ ਜੀ ਇਹ ਨਿਊਜ਼ਲਾਂ ਰਾਹੀਂ ਭੇਜਿਆ ਜਾਂਦਾ ਜੀ ਤੇਲ ਇਹਦੇ ਰਾਹੀਂ ਜਿਵੇਂ ਆਪਣੇ ਕਾਰਾਂ 'ਚ ਹੁੰਦਾ ਜੀ ਸਿਸਟਮ ਆ ਜੀ ਵੀ ਉਵੇਂ ਤੇਲ ਜਾਂਦਾ ਜੀ ਇਹ 'ਚ ਆਹ ਇਹਦੀਆਂ ਤੁਸੀਂ ਦੇਖ ਰਹੇ ਹੋ ਨਿਊਜ਼ਲਾਂ ਜੀ ਆ ਤਾਂ ਹਾਂ ਜੀ ਉੱਤੇ ਸੈਂਸਰ ਲੱਗੇ ਪਏ ਜੀ ਇਹਦੇ ਜੀ ਉੱਪਰ ਸੈਂਸਰ ਆ ਗਿਆ ਠੀਕ ਹੈ ਜੀ ਚਲੋ ਆਪਾਂ
सेंसर देखी ये भी जो अपना उत्थे मीटर से अपन लोगो शो हो जाता भी इस तरह जो नहीं जा रहा ऑयल की जी न्यूजल के कोई भी प्रॉब्लम आँदी है देखो ये सेंसर आ गए एक दो तीन चौथे उधर ये सेंसर आ गया ये सेंसर सिस्टम आ गया ये सारा। हाँ जी ठीक है जी। तो एक ना भाई जी जी आप गल करिए जो पंप आ गया है ना। हाँ जी खराब पंप कतरा आ गया इधर आ गए डीजल फिल्टर आ गया है ना भाई जी भी जेड़ा दे डीजल है जेड़ा बड़ा शुद्ध होकर जो इंजन जाता है तो जेड़ा ये आ गया ना उपर एक आई पंप बज जाता जो अपना ट्रैक्टर हवा लेंदा कई बार आप जी डीजल नहीं देखते दे भी टैंकी दे डीजल है या नहीं है ना उस तरीके ना ट्रैक्टर जो हवा ले जाता होंगे दब के हवा कढ़ा देने मतलब कोई नट वगैरह खोलने की लोड़ जी ठीक है कोई चीज़ खोलने लोड़ नहीं बस पंप मार दो उधर सैल्फ ला दो बस जी। तो इधर आ गया वाटर स्प्लिटर मतलब भी जो डीजल दे टैंक दे विच जो कोई पानी आउंदा अजक जिम्मे पेट्रोल पंप वाले भी है ना मिलावट करन लग जाते हैं तो उहदा जो भी इंजन नुकसान ना हो वाटर स्प्लिटर जो पंप ला दिता है कंपनी ने भी जो शुद्ध होके जो डीजल टैंक जो पानी थले रह जाता जो डीजल उपर अच्छा डीजल उपर रह पानी नूं लग कर दिंदा जी देखो दस नंबर का ये लाइट खोल देने आप थले पानी लग जाएगा। ठीक है जी डीजल आने लग गया कह दो। ठीक है ये चीज़ है जी। तो इधर आ गए स्टेयरिंग का ऑयल आ गया जी है ना। स्टेयरिंग ठीक है जी इधर स्टेयरिंग का ऑयल आ गया ये ठीक है। तो जे हुण आपां फिर हुण अगली साइड तो गल करिए जी इधरली साइड तो आ जाओ जी इधरली साइड तो गल करिए अल्टीनेटर आ गई जो बैटरी चार्जर होंगी रही है जी है ना। एक जो सिस्टम लग्या गया इन्हू पंजाबी ढोलकी बोल दें मतलब जोड़ा कि अपना समोक धूँ गा वो ये होके तो असलांसर वे निकल जाता जिड़िया कि जहरीलिया गैसा होंदिया ने जहरीलिया जहरीला धूँ हों ढोलकी खत्म कर दें जी है ना। ठीक तो जोड़ा बाकी जो धूँ बचता गा जो अपने इनवायरमेंट को जो नुकसान ना करे वो सलंसर बच्च निकल जाता ये लाने का मतलब है जोड़ा यही सी अपना ट्रैक्टर जोड़ा ये चार सिलेंडर करके पावर बढ़ा जी। ठीक है जी ठीक है जेडे आम ट्रैक्टर सारे तीन सिलेंडर है कि टर्बो लगी है कि कुछ लगे है। ठीक है ये बदौर टर्बो है सी आर डी। ठीक है ठीक है जी फोर स्पीड के फोर स्पीड के जी फोर बाई फोर भी है जी। ठीक है जी थ्री स्पीड है बहुत वधिया दमदार चीज़ है छोटे पर बहुत वधिया साबित हुई है उपर बैठ के दिखावांगे उपर चल जाए आप देखिए ना जी अके फुटरेस्ट ला दिता जो आसानी चढ़ सकते हैं गे एक ये मेरी निगाह पई इधर टूल बॉक्स लग्या होया टूल बॉक्स जी कंपनी ने इधरली साइड ला दिता है तो आप इत फुटरेस्ट से पैर धर के इतों जाने उपर तो इस तरीके ना। तो एक जो प्लेटफॉर्म आ बड़ा खुला कोई प्रॉब्लम नहीं हैगी प्लेटफॉर्म की तो इधर ये सिस्टम आ जो स्टेयरिंग देख सकते हो बिल्कुल कार्स कारा वाला स्टेयरिंग आ गया जिम्मे आप ई तो एक उत्ते कर देंगे 40 हाउस पावर का चलता एन ते कर लेंगे 50 हाउस पावर का पी ते कर लेंगे तो यह 60 हाउस पावर का बन जाता ट्रैक्टर। ठीक है इस तरह आप जो कम ले सकते हैं ट्रैक्टर तो जिम्मे आप रोड से तुरना तो आप ई ती कर सकते हैं जी लोड मुताबिक खर्चा घटा जी कम लेना जी। तो एक जो सिस्टम आ गया ना जो सारा टोटली जो डिजिटली मीटर आ गया जो कोई भी अपनी कोई ट्रैक्टर जी प्रॉब्लम आँदी है तो अपन इतने लोगो शो होने लग जाते हैं मैं तुम्हें सोचा ऑन करके दिखा देखो सारे लोगो आ गए ना इस तरह जो कोई प्रॉब्लम आऊ तो एक लोगो शो होने लग जू जो एक प्रॉब्लम है जो दो प्रॉब्लम्स ने तो दो लोगो शो होने लग जाएंगे इस तरह जो यदा मीटर है डिजिटल अपन टाइम दस रहा। ठीक है जी तो यह गलबात है कि थले जो घंटे है घंटे दस रहा भी इन्ने एक घंटे ट्रैक्टर चलिया है तो इधर जो पार्किंग लाइट्स आ गई सारे लाइट्स एक गलबात हैगी है यदि आह अपनी हैंड वाली हथ वाली रेस आ गई ये तो आ गया शटल गेयर जो थोड़ा दसा सी ने शटल गेयर आ गया।
ਆਪਾਂ ਹੁਣ ਇੱਧਰ ਗੱਲ ਕਰੀਏ, ਇੱਧਰ ਸੱਜੀ ਸਾਈਡ ਤੋਂ ਇੱਧਰ ਆਪਣੇ ਸਿੰਪਲ ਗੇਅਰ ਆ ਗਏ, ਵਨ ਟੂ ਥ੍ਰੀ ਫੋਰ, ਠੀਕ ਹੈ ਜੀ। ਇੱਧਰ ਏ ਗੇਅਰ ਆ ਗਏ ਬਾਈ, ਇੱਥੇ ਲੋਅ ਮੀਡੀਅਮ ਹਾਈ ਜੀ, ਠੀਕ ਹੈ। ਅੱਜ ਤੋਂ ਥ੍ਰੀ ਸਪੀਡ ਹੈ ਗੇਅਰਾਂ 'ਚ ਲੱਗਦਾ ਇਹ ਜੀ। ਹਾਂਜੀ, ਆਹ ਇਹਦਾ ਪੀ ਟੀ ਓ ਵਾਲਾ ਕਲੱਚ ਆ ਗਿਆ, ਆਹ ਗੇਅਰ ਆ ਗਿਆ ਪੀ ਟੀ ਓ ਵਾਲਾ ਬਾਈ, 540 ਚੱਕਰ ਇਹਦੇ ਪੀ ਟੀ ਓ ਵਾਲੇ ਆ ਵੀਰੇ ਜੀ, ਠੀਕ ਹੈ। ਅਤੇ ਡਬਲ ਵੀ ਹੋ ਜਾਂਦੇ ਆ ਜੀ, ਹੈ ਨਾ? ਹਾਂ ਵੀਰੇ, ਡਬਲ ਹੋ ਜਾਂਦਾ ਜੀ। ਠੀਕ ਹੈ ਜੀ। ਅਤੇ ਇੱਕ ਜਿਹੜਾ ਆਪਾਂ ਇੱਧਰ ਗੱਲ ਕਰੀਏ, ਇੱਧਰ ਇਹ ਲਿਫਟ ਵਾਲੇ ਲੀਵਰ ਆ ਗਿਆ, ਹੈ ਨਾ? ਇਹ ਬਾਈ ਇਹ ਕੰਟਰੋਲ ਆ, ਇਹਦੀ ਲਿਫਟ ਆ, ਇਹ ਇੱਥੇ ਬੰਨ ਕੇ ਇਹ ਤੋਂ ਇਹ ਲਿਫਟ ਚੱਕਦਾ ਧਰਦਾ ਗਾ, ਠੀਕ ਹੈ ਜੀ। ਇੱਥੇ ਇਹਦੀ ਕੰਟਰੋਲ ਹੁੰਦੀ ਆ ਵੀ ਜਿੱਥੇ ਕੁ ਤੱਕ ਆਪਾਂ ਕੰਟਰੋਲ ਕਰਨਾ ਗਾ ਟਰੈਕਟਰ ਨੂੰ, ਠੀਕ ਹੈ। ਉੱਥੇ ਜਾ ਕੇ ਵੀ ਇਹਦਾ ਜੇ ਇੱਥੇ ਕੰਟਰੋਲ ਕਰਕੇ ਬਹੁਣਾ ਤਾਂ ਇੱਥੇ ਹੀ ਵਾਹਿਆ ਜਾਂਦਾ, ਇੱਥੇ ਕਰਕੇ ਵੀ ਵਾਹਿਆ ਜਾਂਦਾ ਵੀਰੇ ਇਹਦਾ, ਠੀਕ ਹੈ ਜੀ। ਹਾਂਜੀ ਜੀ। ਅਤੇ ਇੱਧਰ ਜਿਹੜੀ ਪੈਰ ਵਾਲੀ ਰੇਸ ਆ ਗਈ, ਇੱਧਰ ਇਹ ਬ੍ਰੇਕਸ ਆ ਗਏ, ਅਤੇ ਇੱਧਰ ਕਲੱਚ ਆ, ਕਲੱਚ ਜਿਹੜਾ ਬੜਾ ਹੀ ਸਮੂਥ ਆ, ਆਪਣੀ ਐਂ ਨਹੀਂ ਹੈਗਾ ਜੀ ਆਪਣੀ ਲੱਤ ਨੂੰ ਕੋਈ ਪ੍ਰੋਬਲਮ ਆਊਗੀ। ਅਤੇ ਇਹਦੇ ਜਿਹੜੇ ਕਾਰਾਂ ਵਾਲੇ, ਬਿਲਕੁਲ ਕਾਰਾਂ ਵਾਲੇ ਹੈਂਡ ਬ੍ਰੇਕ ਆ ਗਏ, ਅਤੇ ਇੱਧਰ ਆਹ ਆ ਗਿਆ 4x4 ਵਾਲਾ ਲੀਵਰ ਆ ਗਿਆ, ਇਹਨੂੰ ਉੱਪਰ ਨੂੰ ਕਰ ਦਾਂਗੇ 4x4 ਲੱਗ ਜਾਣਾ ਇਹਨੇ, ਅਤੇ ਨੀਚੇ ਰੱਖਾਂਗੇ ਤਾਂ ਜਿਹੜਾ 2WD ਰਹੂਗਾ। ਅਤੇ ਇੱਕ ਇਹਦੀ ਜਿਹੜੀ ਆਹ ਆਪਾਂ ਨੂੰ ਹੁੱਡ ਦੇ ਦਿੱਤੀ ਆ ਕੰਪਨੀ ਨੇ, ਅਤੇ ਬੜੀ ਹੈਵੀ ਜਿਹੜੀ ਹੁੱਡ, ਅਤੇ ਇਸ ਤਰ੍ਹਾਂ ਨਾਲ ਇਹ ਨੀਚੇ ਤੋਂ ਆਉਂਦੀ ਹੈਗੀ, ਨੀਚੇ ਹਿੱਸੇ ਨਾਲ ਅਟੈਚ ਕੀਤੀ ਹੋਈ ਆ, ਮਰਗਿਆੜੇ ਦੇ ਵਿੱਚ ਕਿਸੇ ਪਿਆ ਵੀਰੇ ਇਹਦੇ, ਠੀਕ ਹੈ ਜੀ। ਹਾਂਜੀ, ਪੱਕੇ ਕੰਮ ਕੀਤੇ ਹੋਏ, ਪੱਕੇ ਕੰਮ ਕਰਿਆ। ਅੱਗੇ ਜਿਹੜੀ ਆਪਣੀ ਛਤਰੀ ਆਉਂਦੀ ਹੈਗੀ ਉਹ ਆਪਣੀ ਹਿੱਸੇ 'ਚ ਕੱਸ ਕੇ ਮਰਗਿਆੜਾਂ 'ਚ ਕੱਸਦੇ ਆ, ਇਹ ਹਿੱਸੇ ਜੋ ਕੱਸ ਕੇ ਮਰਗਿਆੜੇ ਦੇ ਛਤਰੀ ਨਾਲ ਚੈਟ ਕਸੇ ਪਏ ਆ ਜੀ। ਹਾਂਜੀ, ਅਤੇ ਉਸ ਤੋਂ ਬਾਅਦ ਆਪਾਂ ਨੀਚੇ ਚੱਲਦੇ ਹਾਂ, ਅਤੇ ਨੀਚੇ ਬਾਈ ਆ ਗਏ ਆ, ਹਿੰਮਤ ਬਾਈ ਨਾਲ ਫਿਰ ਕਰਾਂਗੇ ਆਪਾਂ ਗੱਲਾਂ ਬਾਤਾਂ। ਅਤੇ ਲੋ ਨੀਚੇ ਇੱਥੋਂ ਆ ਵੇ, ਸਿੰਪਲੀ ਆਈ ਮੈਂ ਫੁੱਟ ਰੈਸਟ 'ਤੇ ਆਪਣਾ ਫੁੱਟ ਧਰ ਕੇ, ਇਸ ਤਰ੍ਹਾਂ ਇਹਨੂੰ ਮੈਂ ਹੱਥ ਪਾ ਕੇ ਜਿਹੜਾ ਨੀਚੇ ਆ ਗਿਆ। ਇੱਕ ਬਾਈ ਜੀ, ਜਿਹੜੀ ਆਪਾਂ ਇਹਦੇ ਪਿਛਲੇ ਹਿੱਸੇ ਦੀ ਗੱਲ ਕਰੀਏ ਨਾ ਜੀ, ਹੈ ਨਾ, ਅਤੇ ਜਿਹੜਾ ਹਿੱਸਾ ਜਿਹੜਾ ਬੜਾ ਹੀ ਮਜ਼ਬੂਤ ਬਣਾਇਆ ਹੋਇਆ ਜੀ, ਆਹ ਡਬਲ ਡਿਸਟ੍ਰੀਬਿਊਟਰ ਦੇ ਵਿੱਚ ਟਰੈਕਟਰ ਆ ਗਿਆ। ਹਾਂਜੀ ਜੀ। ਅਤੇ ਇੱਕ ਜਿਹੜੀ ਇਹਦੀ ਲਾਈਟ ਆ ਜੀ, ਲਾਈਟ ਬੜੀ ਜਿਹੜੀ ਸ਼ਾਈਨ ਕਰਦੀ ਆ ਜਦੋਂ ਆਪਾਂ ਰਾਤ ਨੂੰ ਰੋਡ 'ਤੇ ਜਾਈ ਜਾਂਦੇ ਹਾਂ, ਜੇ ਆਪਾਂ ਖੇਤ ਹੁੰਦੇ ਆ ਜੀ, ਹੈ ਨਾ, ਅਤੇ ਜਿਹੜੇ ਲਾਈਟ ਵੱਜਦੀ ਹੈ ਤਾਂ ਬੜਾ ਹੀ ਇਹ ਲਾਈਟ ਆ ਜਿਹੜੀ ਸ਼ਾਈਨ ਕਰਦੀ ਹੈ। ਇਹ ਜਿਵੇਂ ਆਪਾਂ ਰੋਡ 'ਤੇ ਜਾ ਰਹੇ ਹਾਂ ਜੀ, ਉਹਦੇ ਵਾਸਤੇ ਵੀ ਆਪਾਂ ਨੂੰ ਬਹੁਤ ਮਹੱਤ ਦਿੰਦੀ ਹੈ ਜੀ ਲਾਈਟ ਇਹ ਜੀ, ਵੀ ਕਿਉਂਕਿ ਇਹ ਜਦੋਂ ਪਿੱਛੇ ਇਹਦੇ ਰੋਸ਼ਨੀ ਪੈਂਦੀ ਹੈ ਜੀ, ਉਸ ਤੋਂ ਬਾਅਦ ਜਗਦੀ ਹੈ, ਪਿਛਲੇ ਬੰਦੇ ਨੂੰ ਪਤਾ ਲੱਗ ਜਾਂਦਾ ਪਿਆ ਕਿ ਕੋਈ ਚੀਜ਼ ਜਾ ਰਹੀ ਹੈ ਜੀ, ਕੱਲ੍ਹ ਨੂੰ ਕੋਈ ਹਾਸਦਾ ਨਾ ਹੋਵੇ ਜੀ, ਉਹਦੇ ਵਾਸਤੇ ਹੀ ਲਾਈਟ ਇਹ ਜੀ। ਹਾਂਜੀ, ਇੱਧਰ ਆ ਗਿਆ ਜੀ ਬੋਤਲ ਸਟੈਂਡ। ਹਾਂਜੀ, ਅਤੇ ਆਪਾਂ ਲਿਫਟ ਕਪੈਸਿਟੀ ਤੁਹਾਨੂੰ ਦੱਸਿਆ ਸੀ 2200 kg ਹੋ ਗਈ, 2200 kg ਦੀ ਲਿਫਟ ਕਪੈਸਿਟੀ ਆ ਜਿਹੜੀ ਹੋ ਗਈ ਹੈਗੀ। ਅਤੇ ਇੱਧਰ ਆਪਾਂ ਲਾਈਟਸ ਦੀ ਗੱਲ ਕਰੀਏ, ਅਤੇ ਆਹ ਸਿੰਪਲ ਲਾਈਟ ਆ ਗਈ, ਅਤੇ ਆਪਣੇ ਇੰਡੀਕੇਟਰ LED ਲਾਈਟਸ ਆ ਗਈਆਂ ਇਹਦੇ ਵਿੱਚ, ਜਾਂ ਜਿਹੜੀ ਨੰਬਰ ਪਲੇਟ ਵਾਲੀ ਲਾਈਟ ਆ ਗਈ, ਸਪੈਸ਼ਲ ਨੰਬਰ ਪਲੇਟ ਵਾਸਤੇ ਆ ਜੀ, ਪਲੇਟ ਇਹਦੇ ਵਾਸਤੇ ਹੀ, ਇਹਦੇ ਉੱਤੇ ਆਪਣੀ ਸਰਕਾਰੀ ਨੰਬਰ ਪਲੇਟ ਲੱਗ ਸਕਦੀ ਹੈ ਜੀ ਜੀ। ਹਾਂਜੀ, ਆਪਾਂ ਸਿੰਪਲ ਜਿਹੜੀ ਮੋਡੀਫਿਕੇਸ਼ਨ ਵਾਲੀ ਨੰਬਰ ਪਲੇਟ ਵੀ ਵਧੀਆ ਸੋਹਣੀ ਲੱਗਦੀ ਹੈ, ਹੈ ਨਾ, ਇਹਦੇ ਉੱਤੇ ਲਿਖਾ ਵੀ ਸਕਦੇ ਹਾਂ ਜੀ ਆਪਾਂ, ਉਹ ਆਪਣੀ ਆਪਦੀ ਚੋਇਸ ਆ ਜਾਂਦੀ ਹੈ ਜੀ ਜੀ। ਜਿਹੜੇ ਪਿੱਛੇ ਬਾਈ ਜੀ 34 kg ਦਾ ਵੇਟ ਆ ਗਿਆ ਜੀ, ਹੈ ਨਾ, ਇੱਕ ਹਾਂਜੀ, ਠੀਕ ਹੈ ਜੀ, 34 kg ਦਾ ਇੱਧਰ ਆ ਗਿਆ, 34 kg ਦਾ ਰਾਈਟ ਲੈਫਟ ਦੋਨੇ ਸਾਈਡ 34-34 kg ਦੇ ਜਿਹੜੇ ਇਹਦੇ ਵੇਟ ਆ ਗਿਆ। ਅਤੇ ਇੱਕ ਜਿਹੜੀ ਆਪਾਂ ਸੀਟ ਦੀ ਗੱਲ ਕਰੀ ਨਾ, ਸੀਟ ਆ ਜਿਹੜੀ ਐਡਜਸਟ ਹੋ ਜਾਂਦੀ ਹੈ ਇੱਥੋਂ, ਠੀਕ ਹੈ, ਇਹਨੂੰ ਆਪਾਂ ਉੱਪਰ ਚੱਕਾਂਗੇ ਇਸ ਲੀਵਰ ਨੂੰ, ਠੀਕ ਹੈ, ਅੱਗੇ ਪਿੱਛੇ ਸੀਟ ਹੋ ਜਾਂਦੀ ਆ। ਲਓ ਵੀ ਮੈਨੂੰ ਨਹੀਂ ਲੱਗਦਾ ਹੁਣ ਕੁਛ ਦੱਸਣ ਵਾਲਾ ਰਹਿ ਗਿਆ ਹੋਊ, ਅਤੇ ਚਲੋ ਫਿਰ ਮਿਲਦਾ ਕਿਸੇ ਹੋਰ ਆਪਾਂ ਘੈਂਟ ਮੋਡੀਫਿਕੇਸ਼ਨ ਵਲੌਗ 'ਚ ਜਾਂ ਕਿਸੇ ਨਵੇਂ ਟਰੈਕਟਰ ਦੇ ਨਾਲ। ਚਲੋ ਠੀਕ ਹੈ ਜੀ, ਓਕੇ ਬਾਈ, ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ।